ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਦਾ ਜੋ ਤੁਹਾਡਾ ਪੇਪਰ ਹੋਣਾ ਹੈ ਸਾਰੇ ਪੇਪਰਾਂ ਦੇ ਨਾਲ ਚਾਹੇ ਤੁਸੀਂ ਕਨਸਟੇਬਲ ਦਾ ਪੇਪਰ ਦੇਣਾ ਹੈ ਪਟਵਾਰੀ ਫਾਇਰਮੈਨ ਕਲਰਕ ਵੀਡੀਓ ਸਾਰੇ ਪੇਪਰਾਂ ਦੇ ਨਾਲ ਪੰਜਾਬੀ ਦਾ ਪੇਪਰ ਹੋਣਾ ਹੈ ਉਸ ਪੇਪਰ ਦੀ ਤਿਆਰੀ ਇਸ ਚੈਨਲ ਦੇ ਉੱਤੇ ਚੱਲ ਰਹੀ ਹੈ ਅੱਜ ਦੀ ਇਸ ਕਲਾਸ ਵਿੱਚ ਮੈਂ ਤੁਹਾਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਰਿਲੇਟਡ ਸਾਰੇ ਇੰਪੋਰਟੈਂਟ ਕੁਐਸਚਨ ਕਰਵਾਉਂਗਾ ਇਸ ਤੋਂ ਪਹਿਲਾਂ ਵਾਲੀ ਕਲਾਸ ਵਿੱਚ ਮੈਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਲੇਟਡ ਸਾਰੇ ਇੰਪੋਰਟੈਂਟ ਕੁਐਸਚਨ ਕਰਵਾਏ ਹਨ ਸਿੱਖ ਗੁਰੂ ਸਹਿਬਾਨ ਜੋ 10 ਗੁਰੂ ਹੈ ਉਹਨਾਂ ਨਾਲ ਰਿਲੇਟਡ ਮੈਂ ਤੁਹਾਨੂੰ ਸਾਰੇ ਕੁਐਸਚਨ ਕਰਵਾ ਦੇਣੇ ਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਰਿਲੇਟਡ ਜੋ ਵੀ ਕੁਐਸਚਨ ਹੋਣਗੇ ਉਹ ਸਾਰੇ ਮੈਂ ਤੁਹਾਨੂੰ ਕਰਵਾਉਂਗਾ ਪੇਪਰ ਵਿੱਚ ਸਿੱਖ ਇਤਿਹਾਸ ਨਾਲ ਰਿਲੇਟਡ ਇਹਨਾਂ ਵਿੱਚੋਂ ਹੀ ਕੁਐਸਚਨ ਤੁਹਾਨੂੰ ਦੇਖਣ ਨੂੰ ਮਿਲਣਗੇ ਤੁਸੀਂ ਚਾਹੇ ਕੋਈ ਵੀ ਪੇਪਰ ਦੇਣਾ ਕਨਸਟੇਬਲ ਪਟਵਾਰੀ ਠੀਕ ਹੈ ਸਾਰਿਆਂ ਵਿੱਚ ਕੁਐਸਚਨ ਤੁਹਾਨੂੰ ਆਉਣਗੇ ਤੇ ਇਸ ਕਲਾਸ ਨੂੰ ਵੱਤ ਵੱਤ ਸ਼ੇਅਰ ਕਰ ਦਿਓ ਤੇ ਮੇਰੇ WhatsApp ਦੇ ਉੱਤੇ ਮੈਸੇਜ ਕਰ ਲਓ ਸਾਰੇ ਜਣੇ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਹੈ ਮੇਰਾ ਨੰਬਰ ਸੇਵ ਕਰ ਲਿਓ ਮੈਂ ਤੁਹਾਡਾ ਨੰਬਰ ਸੇਵ ਕਰ ਲੂੰਗਾ ਜੋ ਤੁਹਾਡਾ ਮੈਸੇਜ ਆਏਗਾ ਇਸ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਇਸ ਪੇਪਰ ਨਾਲ ਰਿਲੇਟਡ ਕੋਈ ਵੀ ਜਾਣਕਾਰੀ ਹੋਊਗੀ ਮੈਂ ਸਟੇਟਸ ਪਾ ਕੇ ਦੱਸ ਦਿੰਨਾ ਏ ਠੀਕ ਹੈ ਸੋ ਸਾਰੇ ਜਣੇ ਮੇਰਾ Telegram ਵੀ ਜੁਆਇਨ ਕਰ ਲਓ ਲਿੰਕ ਤੁਹਾਨੂੰ ਮਿਲ ਜੇਗਾ ਜਦੋਂ ਤੁਹਾਡਾ ਮੈਸੇਜ ਆਏਗਾ ਜਾਂ ਫਿਰ ਸਰਚ ਕਰ ਲਓ GK facts Telegram ਦੇ ਉੱਤੇ ਜਾ ਕੇ ਅਤੇ ਮੈਂ ਪਲੇਲਿਸਟ ਵੀ ਬਣਾਈ ਹੋਈ ਹੈ ਪਲੇਲਿਸਟ ਬਾਰੇ ਮੈਂ ਤੁਹਾਨੂੰ ਪਹਿਲਾਂ ਦਿਖਾ ਦਿੰਨਾ ਇੱਕ ਵਾਰੀ GK facts youtube ਦੇ ਉੱਤੇ ਤੁਸੀਂ ਸਰਚ ਕਰ ਲੈਣਾ ਹੈ ਉਸ ਤੋਂ ਬਾਅਦ ਪਲੇਲਿਸਟ ਜੋ অপਸ਼ਨ ਆਏਗੀ ਉਸ ਦੇ ਉੱਤੇ ਕਲਿੱਕ ਕਰ ਲਿਓ ਇੱਥੇ ਪੰਜਾਬੀ ਕੁਆਲੀਫਾਈਇੰਗ ਪੇਪਰ ਦੀ ਪਲੇਲਿਸਟ ਬਣੀ ਹੋਈ ਹੈ ਇਸ ਦੇ ਵਿੱਚ ਸਾਰੀਆਂ ਵੀਡੀਓਜ਼ ਤੁਹਾਨੂੰ ਪੰਜਾਬੀ ਦੇ ਪੇਪਰ ਨਾਲ ਰਿਲੇਟਡ ਮਿਲ ਜਾਣਗੀਆਂ ਇਸ ਤੋਂ ਇਲਾਵਾ ਕਾਂਸਟੇਬਲ ਦੀ ਪਲੇਲਿਸਟ ਵਿੱਚ ਜਾ ਕੇ ਜੇ ਤੁਸੀਂ ਕਾਂਸਟੇਬਲ ਦਾ ਪੇਪਰ ਦੇਣਾ ਹੈ ਉਸ ਨੂੰ ਵੀ ਦੇਖ ਲਿਓ ਸਾਰੀਆਂ ਵੀਡੀਓਜ਼ ਠੀਕ ਹੈ ਚਲੋ ਅੱਜ ਦੀ ਇਸ ਕਲਾਸ ਨੂੰ ਆਪਾਂ ਸ਼ੁਰੂ ਕਰਦੇ ਹਾਂ ਕਲਾਸ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਠੀਕ ਹੈ ਜਿੰਨੇ ਵੀ ਤੁਹਾਡੇ ਗਰੁੱਪ ਬਣੇ ਹੋਏ ਆ ਸਾਰਿਆਂ ਵਿੱਚ ਇਸ ਕਲਾਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਅ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਕਾਲ 1500 4 ਤੋਂ ਲੈ ਕੇ 1552 31 ਮਾਰਚ 1504 ਤੋਂ ਲੈ ਕੇ 29 ਮਾਰਚ 1552 ਤੱਕ ਠੀਕ ਹੈ ਤੇ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ ਮਤੇਦੀ ਸਰਾ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਹੈ ਇੱਥੇ ਇਹਨਾਂ ਦਾ ਜਨਮ ਹੋਇਆ ਸੀ ਤੇ ਇਹਨਾਂ ਦੇ ਜੀਵਨ ਸਾਥੀ ਮਾਤਾ ਕੀਬੀ ਜੀ ਸਨ ਜਿਨ੍ਹਾਂ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਹੋਇਆ ਸੀ ਠੀਕ ਹੈ ਪਹਿਲਾਂ ਮੈਂ ਬੇਸਿਕ ਜਾਣਕਾਰੀ ਦਵਾਂਗਾ ਉਸ ਤੋਂ ਬਾਅਦ ਆਪਾਂ ਐਮਸੀਕਿਊ ਕਰਾਂਗੇ ਕਲਾਸ ਨੂੰ ਸ਼ੇਅਰ ਕਰ ਦਿਓ ਤੇ ਇਹਨਾਂ ਦੇ ਬੱਚੇ ਮਾਤਾ ਦਾਸੂ ਜੀ ਭਾਈ ਦਾਤੂ ਜੀ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਸਨ ਠੀਕ ਹੈ ਪੜ ਲਓ ਨਾਮ ਠੀਕ ਹੈ ਯਾਦ ਰੱਖਿਓ ਮਾਤਾ ਪਿਤਾ ਜੀ ਮਾਤਾ ਜੀ ਸਨ ਸਵਰਾਈ ਜੀ ਅਤੇ ਪਿਤਾ ਜੀ ਸਨ ਬਾਬਾ ਫਿਰੂਮਲ ਜੀ ਤੇ ਇਹਨਾਂ ਨੂੰ ਗੁਰਗੱਦੀ ਕਦੋਂ ਮਿਲੀ 1539 ਈਸਵੀ ਨੂੰ ਠੀਕ ਹੈ ਸੋ ਇਹ ਬੇਸਿਕ ਕੁਐਸਚਨ ਹੈ ਹੁਣ ਆਪਾਂ ਕਰਦੇ ਹਾਂ ਐਮਸੀਕਿਊਜ਼ ਠੀਕ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਕਾਲ ਕੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜੀਵਨ ਕਾਲ ਕੀ ਸੀ 1504 ਤੋਂ ਲੈ ਕੇ 1552 ਆਪਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਨੈਕਸਟ ਕੁਐਸਚਨ ਹੈ ਪਾਈ ਲੈਣਾ ਜੀ ਕਿਸ ਜਾਤੀ ਨਾਲ ਸੰਬੰਧਿਤ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਪਾਈ ਲੈਣਾ ਜੀ ਸੀ ਤੇ ਕਿਸ ਜਾਤੀ ਨਾਲ ਸੰਬੰਧ ਰੱਖਦੇ ਸਨ ਸਹੀ ਉੱਤਰ ਹੋ ਜਾਏਗਾ অপਸ਼ਨ ਸੀ ਖੱਤਰੀ ਨਾਲ ਦੀ ਨਾਲ ਤੁਸੀਂ ਆਨਸਰ ਕਰ ਸਕਦੇ ਆ ਠੀਕ ਆ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀਨ ਮੁਗਲ ਸ਼ਾਸਕ ਕੌਣ ਸੀ ਸਹੀ ਉੱਤਰ ਹੋ ਜਾਏਗਾ ਹਮਾਇੂ ਮਾਯੂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀਨ ਮੁਗਲ ਸ਼ਾਸਕ ਸਨ ਇਸ ਤੋਂ ਇਲਾਵਾ ਸ਼ੇਰ ਸ਼ਾ ਸੂਰੀ ਵੀ ਮੁਗਲ ਸ਼ਾਸਕ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮਕਾਲੀਨ ਸਨ ਉਹਨਾਂ ਦੇ ਸਮੇਂ ਸਨ ਨੈਕਸਟ ਕੁਐਸਚਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਕੀ ਨਾਮ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਮ ਕੀ ਸਨ ਪਾਈ ਦਾਸੂ ਜੀ ਸ੍ਰੀ ਦਾਸੂ ਜੀ ਅਤੇ ਸ੍ਰੀ ਦਾਤੂ ਜੀ ਠੀਕ ਹੈ ਸ੍ਰੀ ਦਾਸੂ ਜੀ ਅਤੇ ਸ੍ਰੀ ਦਾਤੂ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦੇ ਨਾਮ ਹਨ ਸਨ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਦਾ ਨਾਮ ਕੀ ਸੀ ਬਚਪਨ ਦਾ ਨਾਮ ਸਾਰਿਆਂ ਨੂੰ ਪਤਾ ਹੀ ਹੈ ਪਾਈ ਲੈਣਾ ਜੀ অপਸ਼ਨ ਬੀ ਰਾਈਟ ਆਨਸਰ ਹੋ ਜਾਏਗਾ ਕਲਾਸ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਪਾਈ ਲੈਣਾ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਕਿੱਥੇ ਹੋਈ ਕਰਤਾਰਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਹੋਈ ਸੀ ਬਿਲਕੁਲ ਸਹੀ ਆਨਸਰ ਹੋ ਜਾਏਗਾ অপਸ਼ਨ এ नेक्स्ट ਕੁਐਸਚਨ ਹੈ ਲੰਗਰ ਪ੍ਰਥਾ ਦੇ ਵਿਕਾਸ ਵਿੱਚ ਕਿਹਨਾਂ ਨੇ ਆਪ ਜੀ ਨਾਲ ਵਿਸ਼ੇਸ਼ ਯੋਗਦਾਨ ਪਾਇਆ ਲੰਗਰ ਪ੍ਰਥਾ ਦੇ ਵਿੱਚ ਬੀਬੀ ਖੀਵੀ ਜੀ ਨੇ ਵਿਸ਼ੇਸ਼ ਯੋਗਦਾਨ ਪਾਇਆ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਾਲ ਠੀਕ ਹੈ ਜੋ ਕਿ ਇਹਨਾਂ ਦੇ ਸੁਪਤਨੀ ਸਨ ਠੀਕ ਹੈ ਬੀਬੀ ਖੀਵੀ ਜੀ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ ਕਿੰਨੇ ਸ਼ਲੋਕਾਂ ਦੀ ਰਚਨਾ ਕੀਤੀ 62 ਸ਼ਲੋਕ ਪਰ ਕਿਤੇ ਕਿਤੇ 63 ਵੀ ਲਿਖਿਆ ਆਉਂਦਾ ਹੈ ਜੇ অপਸ਼ਨ ਦੇ ਵਿੱਚ 63 ਆ ਜਾਂਦਾ ਤੇ 62 ਆ ਜਾਂਦਾ ਤਾਂ 62 ਪਹਿਲਾਂ ਤੁਸੀਂ ਸਹੀ ਕਰਨਾ ਸੀ ਠੀਕ ਹੈ ਜੇ 62 ਨੰਬਰ ਦਾ 36 ਟੁੰਦਾ ਦਾ 36 ਸਹੀ ਹੋ ਜਾਣਾ ਸੀ ਸੋ ਇਸ ਨੂੰ ਯਾਦ ਰੱਖਿਓ कंफ्यूज ਨਹੀਂ ਹੋਣਾ ਇਸ ਦੇ ਵਿੱਚ ਠੀਕ ਹੈ ਚਲੋ ਨੈਕਸਟ ਕੁਐਸਚਨ ਉਦਾਸੀ ਮੱਤ ਦੇ ਸੰਸਥਾਪਕ ਕੌਣ ਸਨ ਉਦਾਸੀ ਮੱਤ ਦੇ ਸੰਸਥਾਪਕ ਕੌਣ ਸਨ ਸਹੀ ਉੱਤਰ ਹੋ ਜਾਏਗਾ ਬਾਬਾ ਸ਼੍ਰੀਚੰਦ ਜੀ ਬਾਬਾ ਸ਼੍ਰੀਚੰਦ ਜੀ ਉਦਾਸੀ ਮੱਤ ਦੇ ਸੰਸਥਾਪਕ ਸਨ ਨੈਕਸਟ ਕੁਐਸਚਨ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਨਗਰ ਬਸਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਨਗਰ ਬਸਾਇਆ ਖੰਡੂਰ ਸਾਹਿਬ ਬਸਾਇਆ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਲਾਸ ਨੂੰ ਵੱਤੋ ਵੱਤ ਸ਼ੇਅਰ ਜਰੂਰ ਕਰ ਦਿਓ ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਮੱਲ ਅਖਾੜੇ ਦਾ ਪ੍ਰਬੰਧ ਕਿਸ ਗੁਰੂ ਸਾਹਿਬਾਨ ਨੇ ਕੀਤਾ ਇੰਪੋਰਟੈਂਟ ਕੁਐਸਚਨ ਹੈ ਵੀ ਆ ਜਾਂਦਾ ਪੇਪਰਾਂ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜੇ ਦਾ ਪ੍ਰਬੰਧ ਸਭ ਤੋਂ ਪਹਿਲਾਂ ਕੀਤਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਸ ਪਾਸੋਂ ਬਾਣੀ ਦਾ ਪਾਠ ਸੁਣਿਆ ਕਾਫੀ ਇੰਪੋਰਟੈਂਟ ਕੁਐਸਚਨ ਹੈ ਵੀ ਕਮੈਂਟ ਕਰਕੇ ਦੱਸ ਸਕਦੇ ਤੁਸੀਂ ਆਨਸਰ ਭਾਈ ਜੋਧ ਜੀ ਕੋਲੋਂ ਸਭ ਤੋਂ ਪਹਿਲਾਂ ਅ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਾਣੀ ਦਾ ਪਾਠ ਸੁਣਿਆ ਸੀ ਨੈਕਸਟ ਕੁਐਸਚਨ ਹੈ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਐਂਡ ਅਹਿਮ ਯੋਗਦਾਨ ਕਿਸ ਗੁਰੂ ਸਾਹਿਬਾਨ ਨੇ ਦਿੱਤਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅਹਿਮ ਯੋਗਦਾਨ ਦਿੱਤਾ ਠੀਕ ਹੈ ਗੁਰਮੁਖੀ ਲਿਪੀ ਦੇ ਵਿਕਾਸ ਵਿੱਚ ਇਹ ਸਾਰੇ ਐਮਸੀਕਿਊ ਇਸ ਤਰ੍ਹਾਂ ਦੇ ਹੀ ਤੁਹਾਨੂੰ ਪੇਪਰ ਵਿੱਚ ਦੇਖਣ ਨੂੰ ਮਿਲਣਗੇ ਆ ਠੀਕ ਹੈ ਨੈਕਸਟ ਹੈ ਉਦਾਸੀ ਮੱਤ ਦਾ ਖੰਡਨ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਉਦਾਸੀ ਮੱਤ ਦਾ ਖੰਡਨ ਕਿਸ ਨੇ ਕੀਤਾ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮੱਤ ਦੇ ਵਿੱਚ ਸੰਨਿਆਸੀ ਜੀਵਨ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀ ਠੀਕ ਹੈ ਸੰਨਿਆਸੀ ਜੀਵਨ ਦੇ ਉੱਤੇ ਜ਼ੋਰ ਦਿੱਤਾ ਜਾਂਦਾ ਸੀ ਉਦਾਸੀ ਮੱਤ ਦੇ ਵਿੱਚ ਮੇਂ ਦੀਰਗ ਰੋਗ ਹੈ दारू ਪੀ ਇਸ ਮਾਹੇ ਇਹ 17 ਕਿਸ ਗੁਰੂ ਸਾਹਿਬਾਨ ਦੀਆਂ ਹਨ ਸ੍ਰੀ ਗੁਰੂ ਅੰਗਦ ਦੇਵ ਜੀ ਦੀਆਂ ਇਹ 17 ਹਨ ਠੀਕ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਬਾਣੀ ਸੁਣ ਕੇ ਬਹੁਤ ਪ੍ਰਭਾਵਿਤ ਹੋਏ ਸਨ ਆਸਾਂ ਦੀ ਬਾਾਰ ਠੀਕ ਹੈ ਭਾਈ ਜੋਤ ਸਿੰਘ ਕੋਲੋਂ ਇਹ ਬਾਣੀ ਸੁਣੀ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਆਸਾਂ ਦੀ ਬਾਾਰ ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਕਾਫੀ ਪ੍ਰਭਾਵਿਤ ਹੋਏ ਸਨ ਨੈਕਸਟ ਕੁਐਸਚਨ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਹਿਬ ਨਗਰ ਕਦੋਂ ਬਸਾਇਆ ਸੀ 1546 ਈਸਵੀ ਦੇ ਵਿੱਚ ਖੰਡੂਰ ਸਹਿਬ ਨਗਰ ਬਸਾਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ਼ੇਅਰ ਕਰ ਦਿਓ ਕਲਾਸ ਨੂੰ ਵੱਧ ਤੋਂ ਵੱਧ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਵਿਅਕਤੀ ਕੋਲੋਂ ਜਨਮ சாਖੀ ਲਿਖਵਾਈ ਪਾਈ ਬਾਲਾ ਜੀ ਕੋਲੋਂ ਜਨਮ சாਖੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਲਿਖਵਾਈ ਸੀ ਮੁਗਲ ਸ਼ਾਸਕ ਹਮਾਇੂ ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਮੁਲਾਕਾਤ ਕਿੱਥੇ ਹੋਈ ਸੀ ਰਾਈਟ ਆਨਸਰ ਹੋ ਜਾਏਗਾ ਖੰਡੂਰ ਸਾਹਿਬ ਖੰਡੂਰ ਸਾਹਿਬ ਵਿਖੇ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਹਮਾਇੂ ਦੀ ਮੁਲਾਕਾਤ ਹੋਈ ਸੀ ਸਿੱਖ ਪੰਥ ਵਿੱਚ ਅਨੁਸ਼ਾਸਨ ਦੀ ਪਰੰਪਰਾ ਕਿਹੜੇ ਗੁਰੂ ਸਾਹਿਬਾਨ ਨੇ ਸ਼ੁਰੂ ਕੀਤੀ ਸੀ ਅਨੁਸ਼ਾਸਨ ਦੀ ਪਰੰਪਰਾ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸ਼ੁਰੂ ਕੀਤੀ ਸੀ ਠੀਕ ਹੈ ਸਿੱਖ ਪੰਥ ਦੇ ਵਿਕਾਸ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸਭ ਤੋਂ ਵੱਡੀ ਕੀ ਦੇਣ ਸੀ ਸਭ ਤੋਂ ਵੱਡੀ ਕੀ ਦੇਣ ਸੀ ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਬਣਾਉਣਾ ਠੀਕ ਹੈ ਗੁਰਮੁਖੀ ਲਿਪੀ ਦਾ ਵਿਕਾਸ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਬਹੁਤ ਜ਼ਿਆਦਾ ਕੀਤਾ ਠੀਕ ਹੈ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਕਿਹੜੀ ਪ੍ਰਥਾ ਨੂੰ ਸਥਾਈ ਰੂਪ ਦਿੱਤਾ ਲੰਗਰ ਪ੍ਰਥਾ ਨੂੰ ਸਥਾਈ ਰੂਪ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਦਿੱਤਾ ਸਿੱਖੀ ਦਾ ਧੂਰਾ ਕਿਸ ਸਥਾਨ ਨੂੰ ਕਿਹਾ ਜਾਂਦਾ ਹੈ ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੂਰਾ ਕਿਹਾ ਜਾਂਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਵਿੱਚ ਅੰਗਦ ਸ਼ਬਦ ਦਾ ਕੀ ਅਰਥ ਹੈ? ਅੰਗਦ ਸ਼ਬਦ ਦਾ ਕੀ ਅਰਥ ਹੈ? ਮੇਰਾ ਆਪਣਾ ਅੰਗ। ਇਹ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤਾ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖ ਵੰਡ ਤੋਂ ਪਹਿਲਾਂ ਕਿਸ ਦੇ ਭਗਤ ਸਨ? ਮਾਤਾ ਦੁਰਗਾ ਜੀ ਦੇ ਭਗਤ ਸਨ ਸ੍ਰੀ ਗੁਰੂ ਅੰਗਦ ਦੇਵ ਜੀ। ਠੀਕ ਹੈ ਸੋ ਕਲਾਸ ਨੂੰ ਵੱਤੋ ਵੱਤ ਸ਼ੇਅਰ ਕਰੋ WhatsApp ਦੇ ਉੱਤੇ ਮੈਸੇਜ ਕਰ ਲਓ ਇਸੇ ਤਰ੍ਹਾਂ ਤੁਹਾਡੀਆਂ ਕਲਾਸਾਂ ਫ੍ਰੀ ਦੇ ਵਿੱਚ YouTube ਦੇ ਉੱਤੇ ਚੱਲ ਰਹੀਆਂ ਠੀਕ ਹੈ ਧੰਨਵਾਦ ਨੈਕਸਟ ਕਲਾਸ ਵਿੱਚ ਮਿਲਾਂਗੇ